ਕਾਂਗਰਸ ਵਿੱਚ ਬੈਠੇ ਹੈ, ਪਹਿਲੋਂ ਆਪਣੇ ਖੂਨ ਨੂੰ ਟੈਸਟ ਕਰਨ ਕਿ ਉਹ ਸਿੱਖਾਂ ਦਾ ਖੂਨ ਵੀ ਹੈਗੇ? ਡੋਪ ਟੈਸਟ ਤਾਂ ਕਰਾਉਣਾ ਚਾਹੀਦਾ ਆ, ਸਿੱਖੀ ਦਾ ਕਿਹੜੇ ਪੈਮਾਨੇ ਨਾਲ ਚੱਕ ਲਈਏ? ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ ਆ, ਕਾਂਗਰਸ ਪਾਰਟੀ ਜਿੰਦਾਬਾਦ ਕਹਿੰਦੇ ਆ, 84 ਆ 40 ਸਾਲ ਹੋ ਗਏ 84 ਵਾਪਰੀ ਨੂੰ, ਤੁਸੀਂ ਜਾ ਕੇ ਘਰ ਦੇ ਗੋਡੇ ਮੁੱਢ ਬਹਿੰਦੇ ਜੇ? ਲੋਕਾਂ ਦਾ ਹੰਗਾਰਾ ਜਿਹੜਾ ਆ, ਲੋਕੀ ਆ ਗਰਮੀ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿਹੜੇ ਕਿਹੜੇ ਵੱਡੇ ਕੱਟ ਨੇ, ਤੇ ਲੋਕਾਂ ਦਾ ਹੰਗਾਰਾ ਤਾਦੀ ਹੋ ਰਿਹਾ। ਬਾਕੀ ਰਹਿ ਗਈ ਡੋਪ ਟੈਸਟ ਦੀ ਗੱਲ, ਜਿਹੜੇ ਲੋਕ ਕਾਂਗਰਸ ਵਿੱਚ ਬੈਠੇ ਹੈ, ਪਹਿਲੋਂ ਆਪਣੇ ਖੂਨ ਨੂੰ ਟੈਸਟ ਕਰਨ ਕਿ ਉਹ ਸਿੱਖਾਂ ਦਾ ਖੂਨ ਵੀ ਹੈਗੇ? ਡੋਪ ਟੈਸਟ ਤਾਂ ਕਰਾਉਣਾ ਹੀ ਚਾਹੀਦਾ ਆ, ਸਿੱਖੀ ਦਾ ਕਿਹੜੇ ਪੈਮਾਨੇ ਨਾਲ ਚੱਕ ਲਈਏ? ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ ਆ, ਕਾਂਗਰਸ ਪਾਰਟੀ ਜਿੰਦਾਬਾਦ ਕਹਿੰਦੇ ਆ, 84 ਆ 40 ਸਾਲ ਹੋ ਗਏ 84 ਵਾਪਰੀ ਨੂੰ, ਤੁਸੀਂ ਜਾ ਕੇ ਘਰ ਦੇ ਗੋਡੇ ਮੁੱਢ ਬਹਿੰਦੇ ਜੇ? ਹਾਂਜੀ, ਤੁਹਾਡੇ 'ਚ ਸਿੱਖੀ ਵਾਲਾ ਖੂਨ ਹੈਗਾ? ਸਰ ਕੱਲ੍ਹ ਨੂੰ ਤੁਸੀਂ ਕਹਿੰਦੇ ਕਿ ਜਿਹੜੇ ਕੱਲ੍ਹ ਦੇ ਆਏ ਬੰਦੇ ਹੈਗੇ ਆ, ਉਹ ਕੱਲ੍ਹ ਨੂੰ ਚੋਣਾਂ ਜਿੱਤ ਕੇ ਵਾਪਸ ਦੁਬਈ ਚੱਲ ਜਾਣਗੇ? ਮੈਂ ਕਿਸੇ ਬਾਰੇ ਕੁਛ ਨਹੀਂ ਕਹਿੰਦਾ, ਮੈਨੂੰ ਤਾਂ ਪਤਾ ਕਿ ਮੇਰੀ ਸੈਂਟਰ ਨਾਲ ਟੱਕਰ ਹੈ। ਕਾਂਗਰਸ ਵਿੱਚ ਬੈਠੇ ਹੈ, ਪਹਿਲੋਂ ਆਪਣੇ ਖੂਨ ਨੂੰ ਟੈਸਟ ਕਰਨ ਕਿ ਉਹ ਸਿੱਖਾਂ ਦਾ ਖੂਨ ਵੀ ਹੈਗੇ? ਡੋਪ ਟੈਸਟ ਤਾਂ ਕਰਾਉਣਾ ਹੀ ਚਾਹੀਦਾ ਆ, ਸਿੱਖੀ ਦਾ ਕਿਹੜੇ ਪੈਮਾਨੇ ਨਾਲ ਚੱਕ ਲਈਏ? ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ ਆ, ਕਾਂਗਰਸ ਪਾਰਟੀ ਜਿੰਦਾਬਾਦ ਕਹਿੰਦੇ ਆ, 84 ਆ 40 ਸਾਲ ਹੋ ਗਏ 84 ਵਾਪਰੀ ਨੂੰ, ਤੁਸੀਂ ਜਾ ਕੇ ਘਰ ਦੇ ਗੋਡੇ ਮੁੱਢ ਬਹਿੰਦੇ ਜੇ? ਲੋਕਾਂ ਦਾ ਹੰਗਾਰਾ ਜਿਹੜਾ ਆ, ਲੋਕੀ ਆ ਗਰਮੀ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿਹੜੇ ਕਿਹੜੇ ਵੱਡੇ ਕੱਟ ਨੇ, ਤੇ ਲੋਕਾਂ ਦਾ ਹੰਗਾਰਾ ਤਾਦੀ ਹੋ ਰਿਹਾ। ਬਾਕੀ ਰਹਿ ਗਈ ਡੋਪ ਟੈਸਟ ਦੀ ਗੱਲ, ਜਿਹੜੇ ਲੋਕ ਕਾਂਗਰਸ ਵਿੱਚ ਬੈਠੇ ਹੈ, ਪਹਿਲੋਂ ਆਪਣੇ ਖੂਨ ਨੂੰ ਟੈਸਟ ਕਰਨ ਕਿ ਉਹ ਸਿੱਖਾਂ ਦਾ ਖੂਨ ਵੀ ਹੈਗੇ? ਡੋਪ ਟੈਸਟ ਤਾਂ ਕਰਾਉਣਾ ਹੀ ਚਾਹੀਦਾ ਆ, ਸਿੱਖੀ ਦਾ ਕਿਹੜੇ ਪੈਮਾਨੇ ਨਾਲ ਚੱਕ ਲਈਏ? ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ ਆ, ਕਾਂਗਰਸ ਪਾਰਟੀ ਜਿੰਦਾਬਾਦ ਕਹਿੰਦੇ ਆ, 84 ਆ 40 ਸਾਲ ਹੋ ਗਏ 84 ਵਾਪਰੀ ਨੂੰ, ਤੁਸੀਂ ਜਾ ਕੇ ਘਰ ਦੇ ਗੋਡੇ ਮੁੱਢ ਬਹਿੰਦੇ ਜੇ? ਹਾਂਜੀ, ਤੁਹਾਡੇ 'ਚ ਸਿੱਖੀ ਵਾਲਾ ਖੂਨ ਹੈਗਾ? ਸਰ ਕੱਲ੍ਹ ਨੂੰ ਤੁਸੀਂ ਕਹਿੰਦੇ ਕਿ ਜਿਹੜੇ ਕੱਲ੍ਹ ਦੇ ਆਏ ਬੰਦੇ ਹੈਗੇ ਆ, ਉਹ ਕੱਲ੍ਹ ਨੂੰ ਚੋਣਾਂ ਜਿੱਤ ਕੇ ਵਾਪਸ ਦੁਬਈ ਚੱਲ ਜਾਣਗੇ? ਮੈਂ ਕਿਸੇ ਬਾਰੇ ਕੁਛ ਨਹੀਂ ਕਹਿੰਦਾ, ਮੈਨੂੰ ਤਾਂ ਪਤਾ ਕਿ ਮੇਰੀ ਸੈਂਟਰ ਨਾਲ ਟੱਕਰ ਹੈ। ਕਾਂਗਰਸ ਵਿੱਚ ਬੈਠੇ ਹੈ, ਪਹਿਲੋਂ ਆਪਣੇ ਖੂਨ ਨੂੰ ਟੈਸਟ ਕਰਨ ਕਿ ਉਹ ਸਿੱਖਾਂ ਦਾ ਖੂਨ ਵੀ ਹੈਗੇ? ਡੋਪ ਟੈਸਟ ਤਾਂ ਕਰਾਉਣਾ ਹੀ ਚਾਹੀਦਾ ਆ, ਸਿੱਖੀ ਦਾ ਕਿਹੜੇ ਪੈਮਾਨੇ ਨਾਲ ਚੱਕ ਲਈਏ? ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ ਆ, ਕਾਂਗਰਸ ਪਾਰਟੀ ਜਿੰਦਾਬਾਦ ਕਹਿੰਦੇ ਆ, 84 ਆ 40 ਸਾਲ ਹੋ ਗਏ 84 ਵਾਪਰੀ ਨੂੰ, ਤੁਸੀਂ ਜਾ ਕੇ ਘਰ ਦੇ ਗੋਡੇ ਮੁੱਢ ਬਹਿੰਦੇ ਜੇ? ਲੋਕਾਂ ਦਾ ਹੰਗਾਰਾ ਜਿਹੜਾ ਆ, ਲੋਕੀ ਆ ਗਰਮੀ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿਹੜੇ ਕਿਹੜੇ ਵੱਡੇ ਕੱਟ ਨੇ, ਤੇ ਲੋਕਾਂ ਦਾ ਹੰਗਾਰਾ ਤਾਦੀ ਹੋ ਰਿਹਾ। ਬਾਕੀ ਰਹਿ ਗਈ ਡੋਪ ਟੈਸਟ ਦੀ ਗੱਲ, ਜਿਹੜੇ ਲੋਕ ਕਾਂਗਰਸ ਵਿੱਚ ਬੈਠੇ ਹੈ, ਪਹਿਲੋਂ ਆਪਣੇ ਖੂਨ ਨੂੰ ਟੈਸਟ ਕਰਨ ਕਿ ਉਹ ਸਿੱਖਾਂ ਦਾ ਖੂਨ ਵੀ ਹੈਗੇ? ਡੋਪ ਟੈਸਟ ਤਾਂ ਕਰਾਉਣਾ ਹੀ ਚਾਹੀਦਾ ਆ, ਸਿੱਖੀ ਦਾ ਕਿਹੜੇ ਪੈਮਾਨੇ ਨਾਲ ਚੱਕ ਲਈਏ? ਇੰਦਰਾ ਗਾਂਧੀ ਜਿੰਦਾਬਾਦ ਕਹਿੰਦੇ ਆ, ਕਾਂਗਰਸ ਪਾਰਟੀ ਜਿੰਦਾਬਾਦ ਕਹਿੰਦੇ ਆ, 84 ਆ 40 ਸਾਲ ਹੋ ਗਏ 84 ਵਾਪਰੀ ਨੂੰ, ਤੁਸੀਂ ਜਾ ਕੇ ਘਰ ਦੇ ਗੋਡੇ ਮੁੱਢ ਬਹਿੰਦੇ ਜੇ? ਹਾਂਜੀ, ਤੁਹਾਡੇ 'ਚ ਸਿੱਖੀ ਵਾਲਾ ਖੂਨ ਹੈਗਾ? ਸਰ ਕੱਲ੍ਹ ਨੂੰ ਤੁਸੀਂ ਕਹਿੰਦੇ ਕਿ ਜਿਹੜੇ ਕੱਲ੍ਹ ਦੇ ਆਏ ਬੰਦੇ ਹੈਗੇ ਆ, ਉਹ ਕੱਲ੍ਹ ਨੂੰ ਚੋਣਾਂ ਜਿੱਤ ਕੇ ਵਾਪਸ ਦੁਬਈ ਚੱਲ ਜਾਣਗੇ? ਮੈਂ ਕਿਸੇ ਬਾਰੇ ਕੁਛ ਨਹੀਂ ਕਹਿੰਦਾ, ਮੈਨੂੰ ਤਾਂ ਪਤਾ ਕਿ ਮੇਰੀ ਸੈਂਟਰ ਨਾਲ ਟੱਕਰ ਹੈ।